देर रात बाइक ते आए बदमाशां ने पिस्तौल अते दातरां दे दम ते इक करियाने दी दुकान तो लुट दी घटना नूं अंजाम दिता। दुकानदार दे विरोध तो बाद बदमाशां ने फायरिंग कर दिती, जिस कारण गोली दुकानदार दी लत दे विच जाके लगी ते ओह जख्मी हो गया। यह मामला कपूरथला दे पिंड काला संगियां तो सामने आया। फिलहाल जख्मी हालत दे विच दुकानदार नूं इलाज दे लई जलंधर दे ही इक निजी अस्पताल दे विच भर्ती करवाया गया। ਉਥੇ ਘਟਨਾ ਨੂੰ ਅੰਜਾਮ ਦੇ ਕੇ ਭੱਜ ਰਹੇ ਬਦਮਾਸ਼ਾਂ ਵਿੱਚੋਂ ਇੱਕ ਬਦਮਾਸ਼ ਨੂੰ ਬਾਈਕ ਸਹਿਤ ਕੋਲ ਦੀ ਜਾ ਰਹੇ ਦੋ ਨਿਹੰਗਾਂ ਨੇ ਕਾਬੂ ਕਰ ਲਿਆ ਤੇ ਦੂਜਾ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਦੋ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਦੁਕਾਨ ਮਾਲਕ ਤੇ ਪਿਸਤੌਲ ਤਾਣ ਕੇ ਉਸ ਤੋਂ 6000 ਰੁਪਏ ਲੁੱਟ ਲੈਂਦੇ ਨੇ ਅਤੇ ਜਦੋਂ ਦੁਕਾਨ ਮਾਲਕ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਇੰਨੇ ਵਿੱਚ ਹੀ ਕੋਲੋਂ ਨਿਹੰਗਾਂ ਦੀ ਗੱਡੀ ਲੰਘ ਰਹੀ ਹੁੰਦੀ ਹੈ ਤੇ ਚੀਕ ਚਿਹਾੜਾ ਪੈਂਦਾ ਵੇਖ ਨਿਹੰਗ ਗੱਡੀ ਰੋਕ ਲੈਂਦੇ ਨੇ ਤੇ ਫਟਾਫਟ ਗੱਡੀ ਵਿੱਚੋਂ ਉਤਰ ਕੇ ਭੱਜ ਰਹੇ ਬਦਮਾਸ਼ ਨੂੰ ਦਬੋਚ ਲੈਂਦੇ ਨੇ। ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਬਾਈਕ ਅਤੇ ਦਾਤਰ ਸਹਿਤ ਬਦਮਾਸ਼ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੂਜੇ ਬਦਮਾਸ਼ ਦੀ ਭਾਲ ਦੇ ਵਿੱਚ ਜੁਟ ਗਈ ਹੈ। ਕੱਲ ਰਾਤ 10:15 ਵਜੇ ਜਿਹੜਾ ਕਾਲਾ ਸੰਗਿਆ ਬਾਜ਼ਾਰ ਦੇ ਵਿੱਚ ਜਿਹੜਾ ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਉਹਦੀ ਕਰਿਆਨੇ ਦੀ ਦੁਕਾਨ ਹੈ, ਉਹਦੇ ਦੁਕਾਨ 'ਤੇ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ, ਇੱਕ ਪਰਮਜੀਤ ਸਿੰਘ ਅਤੇ ਦੂਸਰਾ ਹਰਵਿੰਦਰ ਸਿੰਘ। ਇਹਨਾਂ ਨੇ ਕਿ ਉਹਦੀ ਦੁਕਾਨ ਤੋਂ ਪਹਿਲਾਂ 6000 ਰੁਪਏ ਖੋਏ ਅਤੇ ਮੌਕੇ 'ਤੇ ਜਿਹੜਾ ਉੱਥੇ ਜਦੋਂ ਭੱਜਣ ਲੱਗੇ ਤਾਂ ਆਪਣਾ ਉੱਥੇ ਉਹਦੀ ਫਾਇਰਿੰਗ ਕੀਤੀ ਜਿਹੜੀ ਕਿ ਉਹਦੇ ਲੱਤ 'ਤੇ ਲੱਗੀ ਅਤੇ ਇਹਨੂੰ ਕਿ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ ਜਿੱਥੇ ਉਹ ਜੇਲ੍ਹ ਲਾ ਜਾ ਠੀਕ ਹੈ ਉਹ ਦੇ ਮੌਕੇ ਦੇ ਉੱਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤਾਂ ਉੱਥੇ ਮੌਕੇ ਤੋਂ ਨਿਹੰਗ ਸਿੰਘ ਲੰਘ ਰਹੇ ਸੀ ਜਿਨ੍ਹਾਂ ਨੇ ਕਿ ਪਰਮਜੀਤ ਸਿੰਘ ਨੂੰ ਫੜ ਲਿਆ ਅਤੇ ਮੌਕੇ ਦੇ ਉੱਤੋਂ ਦਾਤਰ ਅਤੇ ਦੋ 7.65 ਦੇ ਕਾਰਤੂਸ ਬਰਾਮਦ ਕਰ ਲਏ ਗਏ ਆ ਅਤੇ ਦੂਜਾ ਜਿਹੜਾ ਹਰਵਿੰਦਰ ਸਿੰਘ ਆ ਉਹਦੀ ਭਾਲ ਜਾਰੀ ਆ, ਛੇਤੀ ਗ੍ਰਿਫਤਾਰ ਕਰ ਲਿਆ। ਸਰ ਕਿੱਥੇ ਦੇ ਰਹਿਣ ਵਾਲੇ? ਇੱਕ ਜਿਹੜਾ ਪਰਮਜੀਤ ਸਿੰਘ ਆ ਔਜਲਾ ਜੋਗੀ ਦਾ ਅਤੇ ਹਰਵਿੰਦਰ ਸਿੰਘ ਜਿਹੜਾ ਅਹਿਮਦਪੁਰ ਦਾ। ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਊਂਡ? ਇਹਨਾਂ 'ਤੇ ਜਿਹੜਾ ਪਰਮਜੀਤ ਸਿੰਘ ਆ ਉਹਦੇ 'ਤੇ 5 ਮੁਕੱਦਮੇ ਨੇ ਚੋਰੀ ਦੇ ਆ ਅਤੇ NDPC ਸੈਕਟ ਦੇ ਆ ਅਤੇ ਜਿਹੜਾ ਭੱਜਿਆ ਹੋਇਆ ਹਰਵਿੰਦਰ ਸਿੰਘ ਆ ਉਹਦੇ 'ਤੇ 3 ਮੁਕੱਦਮੇ ਨੇ। ਇਸ ਵਕਤ ਪਤਾ ਲੱਗਾ ਕਿ ਜਿਹੜੇ IC ਹਮਲਾ ਕਰਨ ਦੇ ਕੋਈ ਨਸ਼ੇੜੀ ਹੈ ਜਾਂ ਕੋਈ ਐਡਿਕਟਿਡ ਹੈ? ਇਹ ਇਨਵੈਸਟੀਗੇਟ ਕਰਾਂਗੇ ਜੀ, ਇਹਦਾ ਜਦੋਂ ਆਪਣਾ ਅਸੀਂ ਅਜੇ ਗ੍ਰਿਫਤਾਰੀ ਪਾ ਰਹੇ ਹਾਂ ਇਹਨਾਂ ਦੀ ਇੱਕ ਦੀ, ਅਤੇ ਉਹਦੇ 'ਤੇ ਜੋ ਵੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਸਾਨੂੰ ਕਲੀਅਰ ਕਰ। ਇਹ ਜਿਹੜੀ ਪੀੜ ਧੜਨਾ ਕੋਈ ਇਹਨਾਂ ਦਾ ਰੰਜੇ ਸੀਗੇ? ਨਹੀਂ, ਰੰਜੇ 'ਚ ਨਹੀਂ, ਇਹ ਤਾਂ ਬਸ ਖੋਹ ਕਰਨ ਹੀ ਆਇਆ ਸੀ, ਲੁੱਟਣ ਹੀ ਆਇਆ। ਸਰ ਕਦੋਂ ਤੋਂ ਕਰ ਰਹੇ ਇਹ ਕੰਮ ਲੁੱਟ ਖੋਹ ਦਾ? ਇਹ ਇਨਵੈਸਟੀਗੇਸ਼ਨ ਕਰਾਂਗੇ ਜੀ, ਕਿਉਂਕਿ ਆਲਰੇਡੀ ਮੁਕੱਦਮੇ ਪਹਿਲਾਂ ਦਰਜ ਹੈ ਇਹਨਾਂ 'ਤੇ, ਪੁਰਾਣੇ ਆਦੀ ਨੇ ਕ੍ਰਾਈਮ ਕਰਨ ਦੇ। ਠੀਕ, ਤਾਂ ਕੋਈ ਜਿਹੜੀ ਮੁੱਢਲੀ ਜਾਂਚ 'ਚ ਕੋਈ ਸਾਹਮਣੇ ਆਇਆ ਕਿ ਇਹਨਾਂ ਦਾ ਹੋਰ ਕੋਈ ਸਾਥੀ ਸੀਗਾ ਦੋਵਾਂ ਤੋਂ ਇਲਾਵਾ? ਇਨਵੈਸਟੀਗੇਸ਼ਨ 'ਚ ਸਾਹਮਣੇ ਲਿਆਵਾਂਗੇ ਜੀ, ਕਿਉਂਕਿ ਉਹ ਜਦੋਂ ਜਾਂਚ ਆ ਜੂਗੀ ਫਿਰ ਉਹ ਅੱਗੇ ਦੇਖਾਂਗੇ ਜੀ ਆਪਾਂ।